ਬਹੁਤ ਵੱਡਾ ਪਰਿਵਾਰ ਹੈ 80000 ਤੋਂ ਵੱਧ ਨਫਰੀ ਹੈ ਔਰ ਇਹਨੂੰ ਹੁਣ ਅਪਡੇਟ ਤੇ ਮਾਡਰਨ ਕਰਨਾ ਆਮ ਤੌਰ ਤੇ ਪਹਿਲਾਂ ਜਿਹੜੀ ਜੜੀ ਰੱਦੀ ਤੋਂ ਰੱਦੀ ਗੱਡੀ ਹੈ ਉਹ 50% ਦੇ ਦਿੰਦੇ ਸੀ ਜਿਹੜੀ ਮਤਲਬ ਥਾਣੇ 'ਚ ਜਿਹੜੀ ਆ ਗਈ ਥਾਣੇ 'ਚ ਜਿਹੜੀ ਦੋ ਤਿੰਨ ਵਾਰੀ ਤੱਕਲਾ ਕੇ ਸਟੱਡ ਹੁੰਦੀ ਹੈ ਉਹ ਫਾਥਾਣੇ ਵਾਲੇ ਚੌਂਕੀ ਦੇ ਦਿੰਦੇ ਜੁੜੀ ਫਿਰ ਚੌਂਕੀ ਚ ਟਰੈਕਟਰ ਨਾਲ ਸਟਾਰਟ ਹੁੰਦੀ ਐ ਵੀ ਇੱਕ ਟਰੈਕਟਰ ਮੰਗਾਓ ਪਹਿਲਾਂ ਉਹ ਜਾ ਕੇ ਫਿਰ ਉਹ ਗਾਂ ਜਿਹੜਾ ਛੋਟਾ ਥਾਣਾ ਹੁੰਦਾ ਉੱਥੇ ਤੱਕ ਲੈ ਜਾਂਦੇ ਨੇ ਪਰ ਕਿਸੇ ਸਰਕਾਰ ਨੇ ਪਰਵਾਹ ਨਹੀਂ ਕੀਤੀ ਕਿ ਇਹਨਾਂ ਕੋਲੇ ਵੀ ਗੱਡੀਆਂ ਚਾਹੀਦੀਆਂ ਨੇ ਇਹਨਾਂ ਨੇ ਚੇਜ਼ ਕਰਨਾ ਹੈ ਇਹਨਾਂ ਨੇ ਜਿਹੜੇ ਭਾਂਜਦੇ ਨੇ ਉਹਨਾਂ ਨੂੰ ਫੜਨਾ ਹੈ ਜਦੋਂ ਮੈਂ ਬਤੌਰ ਆਰਟਿਸਟ ਹੁੰਦਾ ਸੀ ਮੈਂ ਬੜੀ ਵਰਦੀ ਪਾਈ ਐ ਤੁਹਾਡੇ ਵਾਲੀ ਤੇ ਤੇ ਮੈਂ ਵੀ ਇਹੀ ਤੁਹਾਡੀਆਂ ਮੰਗਾ ਹੀ ਦੱਸਦਾ ਸੀ ਅਸਲ 'ਚ ਸਰਕਾਰਾਂ ਨੂੰ ਵੀ ਆ ਮੰਗਾ ਨੇ ਅਸੀਂ ਇੱਕ ਰੀਏ ਕੀ ਦੱਸੋ ਵੀ ਸਾਡੇ ਕੋਲੇ ਐਡ ਐਡੀਆਂ ਤੁਸੀਂ ਬੰਦੂਕਾਂ ਦੇਤੀਆਂ ਵੀ ਇਹ ਨਹੀਂ ਪਤਾ ਲੱਗਦਾ ਸਿਪਾਈ ਨੂੰ ਬੰਦੂਕ ਦਿੱਤੀ ਜਾਂ ਬੰਦੂਕ ਨੂੰ ਸਿਪਾਈ ਦਿੱਤਾ ਵੀ ਪਤਾ ਨਹੀਂ ਕਿੱਧਰ ਨੂੰ ਚੱਲਦੀਆਂ ਨੇ ਅਸੀਂ ਗੋਲੀ ਚਲਾਉਂਨੇ 15 ਮਿੰਟ ਬਾਅਦ ਪਤਾ ਨਹੀਂ ਕਿੱਧਰ ਦੀ ਮੁੜ ਕੇ ਉਸੇ ਸਿਪਾਈ ਦੇ ਮੱਥੇ 'ਚ ਵੱਜਦੀ ਹੈ ਸਾਨੂੰ ਅਪਡੇਟ ਕਰੋ ਜੀ ਸਾਨੂੰ ਅਥੇ ਅਸੀਂ ਉਹ ਲੜਨਾ ਹੋਣਾ ਉਹਨਾਂ ਨਾਲ ਜਿਨ੍ਹਾਂ ਕੋਲੇ 1 ਸੈਕਿੰਡ 'ਚ 40 40 ਜਿਹੜੀਆਂ ਬੁਲੇਟਸ ਕੱਢਣ ਵਾਲੀਆਂ ਨੇ ਸੋ ਇਸ ਕਰਕੇ ਮੈਂ ਮੈਂ ਜਦੋਂ ਮੈਂ ਨਾਕਿਆਂ ਨੁਕਿਆਂ ਤੇ ਰਾਤ ਨੂੰ ਸ਼ੋਸ਼ੂ ਤੋਂ ਆਉਂਦੇ ਸੀ ਨਾਕੇ ਤੇ ਮਿਲ ਜਾਂਦੇ ਸੀ ਪੁਲਿਸ ਵਾਲੇ ਤਾਂ ਕਈ ਜਗ੍ਹਾ ਤੇ ਮੈਨੂੰ ਕਹਿੰਦੇ ਸੀ ਭਾਈ ਜੀ ਰੋਕਿਓ ਜੁਣ ਪਤਾ ਲੱਗ ਜਾਂਦਾ ਸੀ ਮੇਰੇ ਨਾਂ ਦਾ ਮੰਗਲ ਖਾਉਣ ਲੱਗ ਜਾਂਦੇ ਸੀਗੇ ਵੀ ਕਾਹ ਬੋਲਦੇ ਹੋ ਅਗਲੀ ਕੈਟਿਚ ਕਾਹ ਬੋਲਦੇ ਹੋ ਸਾਡੇ ਅਫਸਰ ਸੁਣਦੇ ਨੇ ਸਾਡਾ ਕੰਮ ਬਣ ਜੂਗਾ ਜੀ ਸੋ ਹੁਣ ਮੈਨੂੰ ਕੁਦਰਤ ਨੇ ਇੱਕ ਐਸਾ ਸੰਯੋਗ ਲਿਆਂਦਾ ਹੈ ਕਿ ਹੁਣ ਮੈਨੂੰ ਉਹ ਪੈਨ ਦਿੱਤਾ ਕਿ ਮੈਂ ਤੁਹਾਡੇ ਉਹ ਫੈਸਲੇ ਜਿਹੜੇ ਨੇ ਉਹ ਲਾਗੂ ਕਰ ਸਕਾਂ ਤੇ